ਔਰ ਕੋਈ ਬਹੁਤ ਅੱਛੀ ਗੱਲ ਕਰਾ ਨਾ ਤਾਂ ਹਮਾਰੇ ਪੈਣਪਰਾ ਤਾਂ ਅਸਾਂ ਨੇ ਇਲਾਕੇ ਚ ਲੋਕ ਆਹਨੇ ਕਿ ਗੱਲ ਕੀਤੀ ਆ ਕਿ ਚਾਹ ਪੀਤੀ ਆ ਅਸਲਾਮੁਅਲੈਕੁਮ ਜੀ ਨਵੀਂ ਪਠਵਾਰੀ ਵੀਡੀਓ ਨਾਲ ਰਾਜਾ ਬਿਸ਼ਾਰਤ ਸਿੰਘ ਦੀ ਖਿਦਮਤ ਇਜਾਦਰਿਆਂ ਇਸ ਵਾਰੀ ਥੋੜਾ ਜ਼ਿਆਦਾ ਅਰਸਾ ਹੋ ਗਿਆ ਪਠਵਾਰੀ ਵੀਡੀਓ ਇਸਨੇ ਵਿੱਚ ਔਰ ਵਾਰੀ ਮੈਂ ਤੁਸਾਂ ਕੀ ਆ ਇਹ ਆਖਣਾ ਕਿ ਤੁਸਾਂ ਲੋਕ ਐਡਾ ਪਠਵਾਰੀ ਵੀਡੀਓ ਤੱਕਣੇ ਨਹੀਂ ਤਾ ਕਈ ਲੋਕ ਕੋਈ ਮਜ਼ਾ ਹੀ ਆ ਵਾ ਤਾਂ ਤੱਕ ਕਿੰਨੇ ਕੋਈ ਥੋੜੀ ਬਹੁਤ ਬਾਕੀ ਨਹੀਂ ਤਕੜੇ ਤਾਂ ਗੱਲ ਅਸਾਂ ਨਾਲ ਇਹ ਹੀ ਆ ਕਿ ਅਸਾਂ ਪਠਵਾਰੀ ਤੁਸਾਂ ਨਾਲ ਇਸ ਵਾਸਤੇ ਬੋਲਨੇ ਆ ਕਿ ਆਪਣੇ ਮਾਊ ਪੀ ਦੀ ਜ਼ੁਬਾਨ ਜਿਹੜੀ ਆ ਉਹ ਜੀਣੀ ਰਹੇ ਔਰ ਉਹਨਾਂ ਦੀ ਯਾਦ ਰਹੇ ਆਪਣੇ ਕਲਚਰ ਦੀ ਯਾਦ ਚ ਅਸਾਂ ਦੁਨੀਆ ਚ ਕਿਸੇ ਜਗ੍ਹਾ ਵੀ ਆ ਅਸਾਂ ਕਿ ਆਪਣਾ ਕਲਚਰ ਔਰ ਆਪਣੇ ਮਾਊ ਪੀ ਦੀ ਜ਼ੁਬਾਨ ਜਿਹੜੀ ਆ ਯਾਦ ਰਹੇ ਇਹ ਜਿਹੜੇ ਪਠਵਾਰੀ ਲੋਕ ਹੋਣੇ ਨਾ ਇਹ ਚਾਹ ਨੇ ਬੜੇ ਠੜਕੀ ਬਣੇ कोई गच्छा किसा ने कार या आगे पीछे जितनी भी उसने खातर करो अगर उसकी चाह नहीं पिलाई चं जी तो खुश नहीं होने लगा तो चाह जी है असनी एक कमजोरी है बहुत ज्यादा अस चाह पीनी और जितने भी अस पटवारी पहाड़ी लोग चाह जोड़ा खास हिस्सा आया जिंदगी कई बार इस तरह होना कि कोई बंद रुसी रहा कोई जनानी रुसी गई अपने घर आ ਕੋਈ ਜਨਾਬ ਕਰੈਲਾ ਜਿਹੜਾ ਉਹ ਜਨਾਨੀ ਨਾਲ ਰੁਸੀ ਗਿਆ ਬਾਹਰ ਰੁਸੀ ਗਿਆ ਕੋਈ ਰੁਸੀ ਗਿਆ ਤਾਂ ਉਹਨੇ ਕਿ ਜੇ ਕਿ ਜੋ ਜਿਸ ਤਰ੍ਹਾਂ ਕੇ ਉਹ ਖੁਸ਼ ਨਹੀਂ ਹੋਣੇ ਤਾਂ ਚੰਗੀ ਜੀ ਚਾਹ ਬਣਾਈ ਤੇ ਦਿਓ ਤਾਂ ਰਾਜ਼ੀ ਹੋਏ ਕਿਸ਼ਨੇ ਤੇ ਖੁਸ਼ ਹੋਏ ਕਿਸ਼ਨੇ ਇਹ ਜਿਹੜੀ ਚਾਹ ਇਹ ਇਸਨੇ ਵਿੱਚ ਚਾਹਤ ਹਣੀ ਇਹ ਲਫਜ਼ ਚਾਹ ਜਿਹੜਾ ਯਾ ਨਾ ਇਹ ਚਾਹਤ ਸੇ ਸ਼ੁਰੂ ਆ ਤਾਂ ਬੜੀ ਪਿਆਰ ਔਰ ਇਸੇ ਚ ਮੁਹੱਬਤ ਹੋਣੀ ਤੁਸੀਂ ਤਾਂ ਕਿਆ ਸੀ ਜਿਸ ਵੇਲੇ ਕੋਈ ਰਿਸ਼ਤਾ ਕਿ ਨਹੀਂ ਤਾਂ ਗੇਸ਼ ਨੇ ਕਿਸੇ ਕੁੜੀ ਨਾਲ ਤੇ ਥੋੜੀ ਦੇਰੀ ਬਾਅਦ ਚਾਹ ਬਣਾਈ ਤਾਂ ਆਣੀ ਤੇ ਉਹ ਤਕੜੇ ਜਿਹੜੇ ਲੋਕ ਆਏ ਹੋਣੇ ਉਹ ਪਹਿਲੀ ਵਾਰੀ ਕੁੜੀ ਕੀ ਤਕੜੇ ਜਾਂ ਜਾਕਤ ਕੁੜੀ ਕੀ ਤਕੜਾ ਤਾਂ ਉਸ ਨੂੰ ਵੀ ਇੱਕ ਚਾਹ ਤਨਾ ਇਜ਼ਹਾਰ ਹੋਣਾ ਕਿ ਜਨਾਬ ਇਹ ਚਾਹ ਤੇ ਇੱਕ ਤਲਬ ਹੀ ਹੈ ਚਾਹ ਵਿੱਚ ਅੱਛਾ ਸਾਹ ਜਿਹੜੇ ਪਠਵਾਰੀ ਪਾੜੀ ਲੋਕ ਹੈ ਤਾਂ ਬਹੁਤ ਅਰਸੇ ਸੁਚਾ ਪੀਣੇ ਆਏ ਔਰ ਚਾਹ ਪੀਣੇ ਸਿਆ ਲੇਕਿਨ ਇਹ ਜਿਹੜੇ ਸੈਂਟਰ ਪੰਜਾਬ ਨੇ ਲੋਕ ਹੈ ये चा नहीं से पीने सिर्फ लस्सी ही पीने से। मैं याद है जिस वेल्ले नमें नमें नौकरी आए तो एक बंदा साहब और लाहौर और अमृतसर ने बार्डर पर रहने से उन्होंने ग्रां सा बिल्कुल उत्तर तो उसकी जिससे पहली बार चाह दी तो चाह पिया ही ना खाए तो बहुत गर्मी में ठंडी तो हुई गैसी पी तो पी ही तो काफ़ी देर बैठा रहा बैठा रहा बैठा रहा जिस चंह चाह ठंडी हो तो पीतीस फिर भी उसने मुँह छाले निकली आए ਮੈਂ ਉਸ ਕਦੇ ਕੋਈ ਗਰਮ ਚੀਜ਼ ਐਸੀ ਜਿਹੜੀ ਆ ਉਹ ਪੀਤੀ ਨਹੀਂ ਸੀ ਲੇਕਿਨ ਅਸਾ ਲੋਕ ਜਿਹੜੇ ਆ ਅਸਾ ਚਾਹ ਨੇ ਬਹੁਤ ਜ਼ਿਆਦਾ ਠੜਕੀਆਂ ਆਂ ਔਰ ਚਾਹ ਨਾਲ ਅਸਾ ਨੇ ਜਿਹੜੀ ਆ ਉਹ ਬਹੁਤ ਬੜੀ ਮੁਹੱਬਤ ਔਰ ਬਹੁਤ ਬੜਾ ਰਿਸ਼ਤਾ ਆ ਚਾਹ ਨਾ ਸਿਰਫ ਅਸਾ ਦਾ ਰੋਮਾਂਸ ਆ ਅਸਾ ਨੇ ਮੁਹੱਬਤ ਹੀ ਬਲਕੇ ਅਸਾ ਨੇ ਮਜਬੂਰੀ ਵੀ ਐ ਇਹ ਪਿਛਲੇ ਦਿਨਾਂ ਵਿੱਚ ਨਾ ਕਿਸਾਨੇ ਵਜ਼ੀਰ ਐ ਤੋ ਉਹਨੇ ਗੱਲ ਭਾਈ ਜੀ ਕੇ ਅਸਾ ਨੇ ਮਲਕ ਵਿੱਚ ਬਹੁਤ ਜ਼ਿਆਦਾ ਲੋਕ ਚਾਹ ਪੀਣੇ ਪਤਾ ਨਹੀਂ ਕਿਤਨੇ ਮਿਲੀਅਨ ਡਾਲਰਸ ਨੇ ਚਾਹ ਪੀ ਕੇ ਨੈਦ मैं आखसा कि चाह थोड़ी जी कट करो और जो बड़े लोग उन्हें कि इस चीज़ की नहीं समझनी नहीं। लेकिन चाह एक गरीब नहीं मजबूरी है चाह उसनी अजैशी ना सब उस चलो उसनी एंटरटेनमेंट उसकी सारा कुछ लेकिन उसनी मजबूरी भी है कई बार इस तरह होना कि उन्हें बेचार को इतने पैसे नहीं होने कि को कोई लावन पकई किन कोई चीज पकई किन रोटी ता नाल ता कुछ भी नहीं होना तो सुी रोटी होनी तो उस नाल चाहे घावा बगैर दुद्ध वाली चाह जी है ਉਹ ਵਿਚਾਰੇ ਬਣਾਈ ਤਾਂ ਹੁਸੈਨ ਨੇ ਰੋਟੀ ਖਾਈ ਕਿੰਨੇ ਤੇ ਇਸ ਤਰ੍ਹਾਂ ਉਹਨਾਂ ਦਾ ਗੁਜ਼ਾਰਾ ਚੱਲਣਾ ਰਹਿਣਾ ਭੁੱਖ ਲੱਗੀ ਵੇ ਤਾਂ ਔਰ ਕੋਈ ਚੀਜ਼ ਨਾ ਵੇ ਤਾਂ ਚਲੋ ਚਾਹ ਬਣਾਈ ਤਾਂ ਥੋੜੀ ਜੀ ਚੀਨੀ ਵਾਲੀ ਤੌਫੀਕ ਕਿੰਨੇ ਤਾਂ ਉਹਨਾਂ ਵਿਚਾਰਿਆਂ ਦੀ ਇਹ ਮਜਬੂਰੀ ਵੀ ਹੈ ਅੱਛਾ ਤੁਸੀਂ ਵੀ ਤੱਕਿਆ ਅਸੀਂ ਕਿ ਚਾਹ ਘੱਲਿਓ ਪੀਣੇ ਨਾਲ ਕੋਈ ਸਵਾਦ ਨਹੀਂ ਆਉਣਾ ਚਾਹ ਜਿਹੜੀ ਆ ਉਹ ਕੋਈ ਮਹਿਫਲ ਹੋਵੇ ਗੱਪਸ਼ਪ ਲੱਗੀ ਹੋਵੇ ਦੋਸਤ ਯਾਰ ਹੋਣ ਆਪਣੇ ਤੁਸੀਂ ਨੇ ਕਰਾਣੇ ਲੋਕ ਔਣ सारे टब्बर बैठा हो तो उसने भी चाह पीती चाहे ना गपश भी चलनी वे तो फिर ज़्यादा मज़ा करनी जिस ते कि हो, हो तो फिर चाह जी चंह नहीं लगनी मैं ना कोई अट्ठ नौ साल होने लगे चाह नहीं पीती कद और वजह उसने यही सी कि हो गया मैं चाह पीने ना उस तरह दिल ना करे हालांकि चा बड़ी कमजोरी है तकरीबन हर दो घंटे बाद जनाब चा की जरूरत होनी सी जनाब है कि किस जमाने लोग कॉफी किस तरह पीने वो भी एक काफी तो होनी ना जिसकी कैपीचीन आखने जिसने मलाई दुद्ध होना चलो ठीक ही कद कि लोग जनाब अपना पी कि कॉफी लेकिन असल जी लोग कॉफी पीने काली कॉफी और चीनी बगैर सिर्फ कॉफी होनी तो पहाड़ी होना ਔਰ ਜਿਸ ਵੇਲੇ ਚਾਹ ਮਜ਼ਾ ਨਾ ਕਰਾਂ ਲੱਗੀ ਭੀ ਤਾਂ ਮੈਂ ਉਹ ਸ਼ੁਰੂ ਕੀਤੀ ਬਲੈਕ ਕਾਫੀ ਔਰ ਇਤਨਾ ਹਰਸਾ ਹੋਇ ਗਿਆ ਜਿਹੜਾ ਆ ਉਹ ਇਹ ਆ ਪੀਣਾ ਪਿਆ ਕਿਉਂਕਿ ਚਾਹ ਜਿਹੜੀ ਹੈ ਉਹ ਚਾਹਤੀ ਔਰ ਚਾਹ ਜਿਹੜੀ ਹੈ ਉਹ ਤਲਬੀ ਹੈ ਔਰ ਚਾਹ ਨਾ ਹੋਵੇ ਤਲਬ ਨਾ ਹੋਵੇ ਉਹ ਕੋਈ ਬਹੁਤ ਅੱਛੀ ਗੱਲ ਕਰਾ ਨਾ ਤਾਂ ਮਾਰੇ ਭੈਣ ਭਰਾ ਤਾਂ ਅਸਾਂ ਨੇ ਇਲਾਕੇ ਚ ਲੋਕ ਕਹਣੇ ਕਿ ਗੱਲ ਕੀਤੀ ਆ ਕਿ ਚਾਹ ਪੀਤੀ ਆ ਤਾ ਮਤਲਬ ਚਾ ਜਿਹੜੀ ਹੈ ਖੁਸ਼ੀ ਨਾਲ ਟਾਈਮ ਆਔਰ شریف ਆਦਮੀ ਨਾਲ ਡਰਿੰਕਾ ਜਿਹੜੇ ਲੋਕ شریف ਨਹੀਂ ਹੋਣੇ ਉਹ दारू ਪੀਣੇ ਉਹ ਚਾਹ ਸ਼ੈ ਨਹੀਂ ਪੀਣੇ ਤਾਂ ਚਾਹ ਜਿਹੜੀ ਹੈ ਇਹ ਚਾਹਤ ਨਾਲ ਜਿਹੜੀ ਹੈ ਉਹ ਜਾਰੀ ਰਵੇ ਔਰ ਤੁਸਾਂ ਸਾਰਿਆਂ ਅੱਗੇ ਇਹ ਦਵਾਈ ਹੈ ਕਿ ਤੁਸਾਂ ਨੇ ਚਾਹ ਕਾਇਮ ਰਵੇ ਔਰ ਤੁਸਾਂ ਦੇ ਦਰਮਿਆਨ ਚਾਹਤ ਕਾਇਮ ਰਵੇ ਔਰ ਪਿਆਰ ਮੁਹੱਬਤ ਕਾਇਮ ਰਵੇ ਤਾਂ ਗੱਲ ਜਿਹੜੀ ਹੈ ਉਹ ਇਹ ਹੋਣੀ ਕਿ ਮੈਂ ਤੁਸਾਂ ਨਾਲ ਪਟਵਾਰੀ ਬੋਲਣਾ ਪਿਆ ਤੁਸਾਂ ਪਟਵਾਰੀ ਸੁਣਦੇ ਹੋ ਦੁਨੀਆ ਕਿਸ ਜਗ੍ਹਾ ਵੀ ਹੋ वीडियो कोई मज़ाही आवे चाने बारे होवे पानिया ने बारे तो बस तकड़े रहा करो इस तरह की जड़ा अपना कल्चर भी याद रहा अपने माँ प्यो भी याद रहने अस दुनिया किसा जगह भी हो अपनी जुबान है जी पठवारी बोलने पहाड़ी बोलने यह असं रहा बहुत बहुत महरबानी जनाब तल मिलने सर चैनल की सबसक्राइब नहीं किता है तो करे तो बहुत शुक्रिया अल्लाह हाफिज